ਚਾਰਿਓ ਖਾਲਸਾ ਦਰਬਾਰ ਦੇ ਲੰਗਰ ਹਾਲ ਦੇ ਵਿੱਚ ਤੇ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਅੱਜ ਤੱਕ ਅਪੀਲ ਪੁਲਿਸ ਨੂੰ ਟਿਕਟ ਕੱਢਦੇ ਹੋਏ ਦੇਖਿਆ ਹੋਏਗਾ, ਰੋਡਸ ਦੇ ਉੱਤੇ ਸੇਫਟੀ ਦੀਆਂ ਗੱਲਾਂ ਕਰਦੇ ਹੋਏ ਦੇਖਿਆ ਹੋਏਗਾ ਤੇ ਅੱਜ ਅਪੀਲ ਪੁਲਿਸ ਦੇ 12 ਆਫੀਸਰ ਡਿਕਸੀ ਗੁਰੂ ਘਰ ਵਿਖੇ ਪਹੁੰਚੇ ਨੇ ਜਿੱਥੇ ਇਹ ਕਰਮਚਾਰੀ ਨੇ ਲੰਗਰ ਦੀ ਸੇਵਾ। ਜੀ ਹਾਂ, ਅਪੀਲ ਪੁਲਿਸ ਦੇ 12 ਆਫੀਸਰ ਅੱਜ ਇੱਥੇ ਲੰਗਰ ਦੀ ਸੇਵਾ ਕਰਨ ਜਾ ਰਹੇ ਨੇ। ਇੱਕ ਤਾਂ ਵਿਸਾਖੀ ਦਾ ਮੌਕਾ ਹੈ, ਉਤੋਂ ਦੀ ਓਨਟੈਰੀਓ ਦੇ ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਜਾ ਰਿਹਾ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਜਿਵੇਂ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਹਿਲਾਂ 12 ਆਫੀਸਰ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ, ਇਸ ਤੋਂ ਬਾਅਦ ਪ੍ਰਧਾਨ ਗੁਰਪ੍ਰੀਤ ਜਬਾਲ ਜੀ ਤੇ ਉਹਨਾਂ ਦੇ ਨਾਲ ਇੰਦਰਜੀਤ ਬਾਲ ਜੀ, ਉਹਨਾਂ ਨੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ। ਉਸ ਦੌਰਾਨ ਉਹਨਾਂ ਦੇ ਨਾਲ ਕਮੇਟੀ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਲੰਗਰ ਹਾਲ ਵਿੱਚ ਇੱਥੇ ਆ ਕੇ ਲੰਗਰ ਦੀ ਸੇਵਾ ਕੀਤੀ ਗਈ ਤੇ ਹੁਣ ਨਾਲ ਹੀ ਇਹ ਵਰਤੋਂ ਦੀ ਵੀ ਸੇਵਾ ਕਰਨਗੇ, ਨਾਲ ਹੀ ਅਸੀਂ ਅਪੀਲ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਬਾਲ ਜੀ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇਹਨਾਂ ਦੇ ਇਸ ਇਨੀਸ਼ੀਏਟਿਵ ਦੇ ਬਾਰੇ ਵਿੱਚ। 2 ਵੀਕ ਪਹਿਲਾਂ ਅਪੀਲ ਪੁਲਿਸ ਵਾਲੇ ਇੱਥੇ ਸਾਡੇ ਕੋਲ ਆਏ ਸਨ। ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਭਾਈਚਾਰੇ ਦੇ ਨਾਲ ਸਾਡਾ ਪਿਆਰ ਅੰਡਰਸਟੈਂਡਿੰਗ ਹੋਰ ਵਧੇ ਤੇ ਅਸੀਂ ਇੱਕ ਆਈਡੀਆ ਲੈ ਕੇ ਆਏ ਹਾਂ ਜੀ। ਮੈਂ ਕਿਹਾ ਦੱਸੋ ਜੀ ਜੀਆਂ ਨੂੰ। ਉਹਨਾਂ ਨੇ ਕਹਿੰਦੇ ਅਸੀਂ ਆ ਕੇ ਲੰਗਰ 'ਚ ਸੇਵਾ ਕਰਨੀ ਹੈ ਵੀ ਜਿੱਥੇ ਸਾਰੀ ਸੰਗਤ ਸਾਨੂੰ ਦੇਖੇ, ਕੋਈ ਇਹਨਾਂ ਨੂੰ ਸਵਾਲ ਜਵਾਬ ਸਾਡੇ ਨਾਲ। ਸੋ ਇਹਨਾਂ ਨੇ 20 ਅਪ੍ਰੈਲ ਦਾ ਦਿਨ ਚੁਣਿਆ ਸੀ। ਮੈਂ ਕਿਹਾ ਵੀ ਦੇਖ ਲਓ, ਲੌਂਗ ਵੀਕਐਂਡ ਹੈ ਤੁਹਾਡੇ ਵਾਸਤੇ। ਉਹ ਕਹਿੰਦੇ ਨਹੀਂ ਜੀ, ਇਹਨਾਂ ਨੇ ਸਾਡਾ ਵਾਅਦਾ ਕਿਤੇ 6 ਤੋਂ 8 ਆਵਾਂਗੇ ਤੇ ਤੁਹਾਡੇ ਸਾਹਮਣੇ 12 ਤੋਂ 15। ਉਹ ਇਹ ਕਹਿੰਦੇ ਵੀ ਇੰਨੇ ਐਕਸਾਈਟਡ ਸੀਗੇ ਆਉਣ ਦੇ ਵਿੱਚ ਤੇ ਸਵੇਰ ਦੇ 11:30 ਦੇ ਮੈਂ ਦੇਖ ਕੇ ਆ ਵੀ ਸਾਡੀਆਂ ਜਿਹੜੀਆਂ ਦੂਜੀਆਂ ਕੌਮਾਂ ਦੀਆਂ ਬੀਬੀਆਂ ਪੁਲਿਸ ਵਾਲੀਆਂ ਪ੍ਰਸ਼ਾਦੇ ਬਣਾ ਰਹੀਆਂ, ਉਹ ਏਡਿਆ ਪਤੀਲੇ ਦਾਲ ਸਜੀਆਂ ਦੇ ਭਰੇ। ਕਹਿੰਦੇ ਵੀ ਕਿੰਨੀ ਸੰਗਤ ਦਿਹਾੜੀ ਆਉਂਦੀ ਆ। ਮੈਂ ਕਿਹਾ ਜੀ ਬੇਸਾਬ ਆ, ਅਸੀਂ ਤਾਂ ਗਿਣਤੀ ਕਦੀ ਕੀਤੀ ਨਹੀਂ ਕੀ ਹਿਸਾਬ ਆ। ਅੱਜ ਬੜੇ ਮਾਣ ਵਾਲੀ ਗੱਲ ਹੈ ਸਾਡੇ ਭਾਈਚਾਰੇ ਨਾਲ ਜਿਹੜੇ ਅਸੀਂ ਪੀਲ ਏਰੀਆ 'ਚ ਰਹਿੰਦੇ ਹਾਂ, ਬ੍ਰੈਂਟਨ ਮਿਸਾਗਾ, ਸਾਨੂੰ ਆਪਣੀ ਸਾਰੀਆਂ ਫੋਰਸਸ 'ਤੇ ਮਾਣ ਆ ਕਿਉਂਕਿ ਇੱਥੇ ਅੱਜ ਪੀਲ ਪੁਲਿਸ ਵਾਲਾ ਆ। ਬੜਾ ਇਹਨਾਂ ਨੇ ਸਾਨੂੰ ਮਾਣ ਦਿੱਤਾ ਤੇ ਸਾਡੀ ਸੰਗਤ ਨੇ ਵੀ ਇਹਨਾਂ ਨੂੰ ਹੱਥੀਂ ਛਾਵਾਂ ਕੀਤੀਆਂ। ਕੀ ਇਨੀਸ਼ੀਏਟਿਵ ਹੈ ਤੇ ਕਿਉਂ ਪੁੱਜੇ? ਹਾਂਜੀ, ਸਾਡਾ ਇਹ ਮੇਨ ਮਕਸਦ ਇਹੀ ਆ ਕਿ ਅਸੀਂ ਸਾਰੇ ਅਪੀਲ ਪੁਲਿਸ ਦੇ ਕਮਿਊਨਿਟੀ ਮੋਬਲਾਈਜੇਸ਼ਨ ਟੀਮ ਦੇ ਮੈਂਬਰ ਇੱਥੇ ਪੁੱਜੇ ਅੱਜ। ਮੇਨ ਜਿਵੇਂ ਤੁਸੀਂ ਕਿਹਾ ਕਿ ਅਪੀਲ ਪੁਲਿਸ ਟਿਕਟ ਦਿੰਦੀ ਹੋਈ ਦਿਖਾਈ ਦਿੰਦੀ ਆ ਤੇ ਇਹੀ ਅਸੀਂ ਲੋਕਾਂ ਦਾ ਵਹਿਮ ਦੂਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਟਿਕਟਾਂ ਹੀ ਨਹੀਂ ਦਿੰਦੇ ਹੈਗੇ ਤੇ ਜਦੋਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਆ ਤਾਂ ਸਾਨੂੰ ਕਾਲ ਕਰ ਸਕਦੇ ਆ। ਸੋ ਅਸੀਂ ਇੱਥੇ ਅੱਜ ਪੁੱਜੇ ਹਾਂ ਕਿ ਕਿਉਂਕਿ ਸਾਨੂੰ ਪਤਾ ਕਿ ਸੈਟਰਡੇ ਸੰਡੇ ਹੁੰਦਾ ਆ ਪ੍ਰੋਗਰਾਮ ਗੁਰਦੁਆਰੇ ਦੇ ਵਿੱਚ, ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚਦੀ ਆ ਤੇ ਅਸੀਂ ਵੱਧ ਤੋਂ ਵੱਧ ਲੋਕਾਂ ਨਾਲ ਕਮਿਊਨੀਕੇਟ ਕਰ ਸਕੀਏ, ਉਹਨਾਂ ਦਾ ਡਰ ਦੂਰ ਕਰ ਸਕੀਏ ਕਿ ਉਹਨਾਂ ਨੂੰ ਪੁਲਿਸ ਤੋਂ ਟਰੱਸਟ ਹੋਵੇ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਡਰ ਨਾ, ਪੁਲਿਸ ਨੂੰ ਦੇ ਕੇ ਭੱਜਣ ਦੀ ਲੋੜ ਨਹੀਂ ਹੈਗੀ। ਕ੍ਰਾਈਮ ਕਰਦੇ ਹੋਏ ਜਦੋਂ ਕੋਈ ਪਹੁੰਚਦਾ ਇਨਵੈਸਟੀਗੇਸ਼ਨ ਕਰਦੇ ਦੇਖਿਆ, ਅੱਜ ਲੰਗਰ ਦੀ ਸੇਵਾ ਦਾ ਇਨੀਸ਼ੀਏਟਿਵ ਕਿਵੇਂ ਰਿਹਾ? ਹਾਂਜੀ, ਬੇਸਿਕਲੀ ਵੀ ਆਰ ਪਾਰਟ ਆਫ ਅ ਕਮਿਊਨਿਟੀ ਮੋਬਲਾਈਜੇਸ਼ਨ ਟੀਮ। ਅਸੀਂ ਕਮਿਊਨਿਟੀ ਪੀਲ ਪੁਲਿਸ ਇੱਕ ਟੀਮ ਹੈਗੀ ਆ, ਸਪੈਸ਼ਲ ਬਿਊਰੋ, ਉਹਦਾ ਨਾਮ ਹੈਗਾ ਕਮਿਊਨਿਟੀ ਮੋਬਲਾਈਜੇਸ਼ਨ ਟੀਮ, ਜਿਹੜੀ ਇੱਦਾਂ ਦੇ ਪ੍ਰੋਗਰਾਮਸ ਕਰਦੀ ਆ, ਕਮਿਊਨਿਟੀ ਇਵੈਂਟਸ ਜਾਂਦੀ ਆ। ਸਾਡੀ ਜਿਹੜੀ ਕਮਿਊਨਿਟੀ ਜਿਹੜੀ ਪੀਲ ਰੀਜਨ 'ਚ ਰਹਿੰਦੀ ਆ, ਉਹਨਾਂ ਦੇ ਨਾਲ ਆਪਣਾ ਰਿਲੇਸ਼ਨਸ਼ਿਪ ਕਿੱਦਾਂ ਵਧੀਆ ਬਣਾਉਣਾ ਹੋਰ, ਅਸੀਂ ਉਹ ਇਨੀਸ਼ੀਏਟਿਵ 'ਤੇ ਕੰਮ ਕਰਦੇ ਹਾਂ। ਅਤੇ ਅਸੀਂ ਜਿਹੜਾ ਆਹ ਨਵਾਂ ਇਨੀਸ਼ੀਏਟਿਵ ਹੈ ਸ਼ੁਰੂ ਕੀਤਾ ਹੈਗਾ ਆ, ਇਹਦੇ ਵਿੱਚ ਅਸੀਂ 15 ਆਫਿਸਰਸ ਆਏ ਹਾਂ ਪੀਲ ਪੁਲਿਸ ਤੋਂ ਅੱਜ। ਇਟਸ ਬੀਨ ਰੀਅਲੀ ਸਕਸੈਸਫੁਲ, ਵੀ ਹੇਅਰ ਟੂ ਸਰਵ ਲੰਗਰ ਟੂ ਦਾ ਪਬਲਿਕ। ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਲੰਗਰ ਵਰਤਾਉਣ ਆਏ ਹਾਂ ਪਬਲਿਕ ਨੂੰ ਕਿ ਆਪਣੇ ਉਹਨਾਂ ਨਾਲ ਗੱਲਬਾਤ ਕਰ ਸਕੀਏ, ਜਸਟ ਟੂ ਸ਼ੋ ਦੈਮ ਵੀ ਆਰ ਪਾਰਟ ਆਫ ਦ ਕਮਿਊਨਿਟੀ। ਵੈਲ, ਵੀ ਵਾਂਟ ਟੂ ਬ੍ਰਿਜ ਦ ਗੈਪ ਵਿਦ ਦ ਕਮਿਊਨਿਟੀ, ਵੀ ਵਾਂਟ ਟੂ ਬੀ ਮੋਰ ਇਨਵੋਲਵਡ ਇਨ ਦ ਕਲਚਰ ਦੈਟਸ ਹੈਪਨਿੰਗ ਹੇਅਰ ਇਨ ਬ੍ਰੈਂਪਟਨ ਮਿਸਿਸਾਗਾ, ਐਂਡ ਦੇਅਰ ਇਜ਼ ਨੋ ਬੈਟਰ ਵੇਅ ਫਾਰ ਪੀਓ ਪੁਲਿਸ ਟੂ ਬੀ ਅ ਪਾਰਟ ਆਫ ਦ ਕਮਿਊਨਿਟੀ ਬਟ ਟੂ ਵਾਲੰਟੀਅਰ ਇਨ ਦ ਲੰਗਰ। ਸੋ ਹਾਜ਼ ਯੂਰ ਐਕਸਪੀਰੀਅੰਸ ਹਿਅਰ? ਮਾਈ ਐਕਸਪੀਰੀਅੰਸ ਹਿਅਰ, ਇਟਸ ਬੀਨ ਅ ਗ੍ਰੇਟ ਐਕਸਪੀਰੀਅੰਸ, ਦ ਕਮਿਊਨਿਟੀ ਇਜ਼ ਵੈਰੀ ਰਿਸੈਪਟਿਵ, and I feel it's going to be a great relationship to have with the community. So dekho kinna badhiya lagda ajj gurdwara sahab jive pradhan sahab ne dassya ke bahut sariyan phone calls aa rahiyan vi assi dekh rahe vi police wali aayi gurdwara sahab oh kehnde ji kyunki ajj seva di sari zimmedari ajj oh le gaye ji ਅਤੇ ਉਹ ਕਿੰਨਾ ਵਧੀਆ ਲੱਗਦਾ ਜੀ ਵੀ ਅੱਜ ਪੁਲਿਸ ਆਫਿਸਰ ਸਾਡੀਆਂ ਧੀਆਂ ਪੁੱਤਰ ਦੂਸਰੀ ਕਮਿਊਨਿਟੀ ਵਾਲੇ ਲੰਗਰ 'ਚ ਸਾਰੀ ਸੇਵਾ ਅੱਜ ਪੁਲਿਸ ਵਾਲੇ ਕਰ ਰਹੇ ਨੇ, ਕਿੰਨਾ ਵਧੀਆ ਲੱਗਦਾ। ਬੜੀ ਅੱਛੀ, ਅਸੀਂ ਹਮੇਸ਼ਾ ਦੇਖਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਭਾਅ ਜੀ ਜਿਹੜੇ ਆ ਭਾਈ ਜੀ ਲੰਗਰ ਵਰਤਾਉਂਦੇ ਨੇ, ਅੱਜ ਪੀਲ ਪੁਲਿਸ ਦੇ ਅਧਿਕਾਰੀ ਲੰਗਰ ਵਰਤਾ ਰਹੇ ਨੇ, ਕਿਵੇਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ ਜੀ। ਇਹਨਾਂ ਨੇ ਕਿਹਾ ਸੀ ਕਿ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਮਿਊਨਿਟੀ ਨੂੰ ਕਿ ਇੱਥੇ ਸਾਰੇ ਇੱਕ ਨੇ ਤੇ ਪੀਲ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਹਮੇਸ਼ਾ ਕਮਿਊਨਿਟੀ ਦੇ ਨਾਲ ਖੜੇ ਨੇ। ਤੁਹਾਨੂੰ ਲੱਗ ਰਿਹਾ ਕਿ ਇਹ ਉਪਰਾਲਾ ਉਹਨਾਂ ਦਾ ਕਾਮਯਾਬ ਸਾਬਿਤ? ਬਿਲਕੁਲ ਕਾਮਯਾਬ ਹੈ ਜੀ, ਬਿਲਕੁਲ ਕਾਮਯਾਬ ਹੈ। ਪੀਲ ਪੁਲਿਸ ਨੂੰ ਇਸ ਇਨੀਸ਼ੀਏਟਿਵ ਲਈ ਪੀਲ ਪੁਲਿਸ ਨੂੰ ਅਸੀਂ ਜੀ ਗੁੱਡ ਵਿਸ਼ਸ ਦਿੰਦੇ ਆ ਤੇ ਨਾਲੇ ਵੀ ਵਾਂਟ them ਟੂ ਸੀ them ਇਨਵੋਲਵਡ ਇਨ ਦ ਕਮਿਊਨਿਟੀ। ਤੇ ਤੁਸੀਂ ਦੇਖਿਆ ਇਸ ਵਕਤ ਕਿ ਅਪੀਲ ਪੁਲਿਸ ਦੇ 12 ਅਧਿਕਾਰੀ ਇੱਥੇ ਪੁੱਜੇ ਤੇ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਤੇ ਸੰਗਤਾਂ ਵੱਲੋਂ ਵੀ ਉਹਨਾਂ ਨੂੰ ਪੂਰਾ ਰਿਸਪੌਂਸ ਦਿੱਤਾ ਗਿਆ ਜੋ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇੱਥੇ ਪਹੁੰਚੇ ਸਨ ਕਿ ਉਹ ਸੰਗਤ ਦੇ ਨਾਲ ਰੂਬਰੂ ਹੋ ਕੇ ਇੱਕ ਦੱਸਣਾ ਚਾਹੁੰਦੇ ਨੇ ਕਿ ਉਹ ਕਮਿਊਨਿਟੀ ਦੇ ਨਾਲ ਹਰ ਵਕਤ ਖੜੇ ਨੇ ਤੇ ਉਹਨਾਂ ਦਾ ਸ਼ਾਇਦ ਇਹ ਮੈਸੇਜ ਜਿਹੜਾ ਆ ਲੋਕਾਂ ਤੱਕ ਪੁੱਜ ਵੀ ਚੁੱਕਿਆ ਹੈ। ਇਸ ਦੇ ਨਾਲ ਹੀ ਹਰਜੋਤ ਸਿੰਘ ਨਾਲ ਤਰਨਜੀਤ ਕੌਰ ਘੁੰਮਣ ਦੇ ਇਜਾਜ਼ਤ, ਸਤਿ ਸ੍ਰੀ ਅਕਾਲ।